ਅਰਵਿੰਦ ਕੇਜਰੀਵਾਲ ਚੀਫ ਮਿਨਿਸਟਰ ਦਿੱਲੀ ਅਤੇ ਭਗਵੰਤ ਮਾਨ ਜੀ ਮਿਸਟਰ ਪੰਜਾਬ ਨੇ ਸਾਂਝਿਆ ਇੱਕ ਬਿਆਨ ਦਿੱਤਾ ਜਿਸ ਬਿਆਨ ਦੇ ਵਿੱਚ ਆਮ ਤੌਰ ਤੇ ਨਜ਼ਰ ਆਇਆ ਕਿ ਕਲੈਰਿਟੀ ਹੈ ਨਹੀਂ ਮੈਂ ਕੇਜਰੀਵਾਲ ਸਾਹਿਬ ਨੂੰ ਪਹਿਲੇ ਗੱਲ ਕਵਾਂਗਾ ਕਿ ਕੇਜਰੀਵਾਲ ਸਾਹਿਬ ਆਪਣੀ ਪੋਜੀਸ਼ਨ ਕਲੀਅਰ ਕਰੋ ਤੁਸੀਂ ਪਹਿਲੇ ਸਤਨੂਜ ਯਮਨਾ ਲਿੰਕ ਪਾਣੀ ਦਿੱਲੀ ਵਾਸੀ ਮੰਗਦੇ ਰਹੇ ਹੋ ਤੁਹਾਡੇ ਇੱਕ ਸਾਥੀ ਨੇ ਗੁਪਤਾ ਸਾਹਿਬ ਜਿਹੜੇ ਆਪ ਦੇ ਐਮਪੀ ਨੇ ਰਾਜ ਸਭਾ ਦੇ ਦਿੱਲੀ ਤੋਂ ਜਿਹੜੇ ਤੁਸੀਂ ਹਰਿਆਣੇ ਦੇ ਇੰਚਾਰਜ ਬਣਾਏ ਉਹ ਚੰਦ ਮਹੀਨੇ ਪਹਿਲੇ ਸਟੇਟਮੈਂਟ ਦਿੰਦੇ ਨੇ ਕਿ ਐਸਵਾਈਐਲ ਦਾ ਪਾਣੀ ਅਸੀਂ ਹਰਿਆਣੇ ਦੇ ਹਰ ਪਿੰਡ ਵਿੱਚ ਪਹੁੰਚਾਵਾਂਗੇ ਤੇ ਭਗਵੰਤ ਮਾਨ ਜੀ ਤੁਹਾਨੂੰ ਅਜੇ ਤੱਕ ਇਹ ਹੀ ਇਲਮ ਨਹੀਂ ਕਿ ਸੁਪਰੀਮ ਕੋਰਟ ਨੇ ਆਨਰਵਲ ਸੁਪਰੀਮ ਕੋਰਟ ਨੇ ਕਿ ਟਿੱਪਣੀ ਕੀਤੀ ਹੈ ਕਿ ਪੰਜਾਬ ਦੀ ਸਰਕਾਰ ਅਜੇ ਸੰਜੀਦਾ ਨਹੀਂ ਨਜ਼ਰ ਆਉਂਦੀ ਇਹ ਸਾਡੀ ਲਾਈਫਲਾਈਨ ਸਤਲੁਜ ਯਮਨਾ ਲਿੰਕ ਪੰਜਾਬ ਦੀ ਲਾਈਫਲਾਈਨ ਸਾਡੇ ਕੋ ਇੱਕ ਤੁਪਕਾ ਵੀ ਪਾਣੀ ਦਾ ਹੈ ਨਹੀਂ ਜਿਹੜਾ ਅਸੀਂ ਅੱਜ ਹਰਿਆਣੇ ਨਾਲੀਆਂ ਦਿੱਲੀ ਨਾਲ ਸ਼ੇਅਰ ਕਰ ਸਕੀਏ ਇਸੇ ਗੱਲ ਕਾਰਨ ਭਗਵੰਤ ਮਾਨ ਜੀ ਨੂੰ ਮੈਂ ਕਹੂੰਗਾ ਅੱਜ ਟੈਸਟ ਦੀ ਘੜੀ ਹੈ ਤੁਸੀਂ ਪੰਜਾਬ ਨਾਲ ਖੜੇ ਹੁੰਦੇ ਹੋ ਕਿ ਤੁਸੀਂ ਹਰਵਿੰਦ ਕੇਜਰੀਵਾਲ ਨਾਲ ਖੜੇ ਹੁੰਦੇ ਹੋ ਤਾਂ ਮੈਂ ਤੁਹਾਨੂੰ ਇਹ ਰਾਏ ਦਵਾਂਗਾ ਸਾਰੀ ਸਿਆਸੀ ਜਮਾਤਾਂ ਤੇ ਸਾਰੀ ਸਿਆਸੀ ਜਮਾਤਾਂ ਦੀ ਲੀਡਰਸ਼ਿਪ ਨੂੰ ਇਮੀਡੀਏਟਲੀ ਚੰਡੀਗੜ੍ਹ ਬੁਲਾਓ 올 ਪਾਰਟੀ ਮੀਟਿੰਗ ਕਰੋ ਸਿਰ ਜੋੜ ਕੇ ਉਥੇ ਆਪਸ ਦੇ ਵਿੱਚ ਇੱਕ ਹੀ এজেন্ডੇ ਦੇ ਉੱਤੇ ਇਹ ਰੱਖੋ ਕਿ ਅਸੀਂ ਇੱਕ ਹੀ ਫੈਸਲਾ ਕਰਨਾ ਹੈ ਸਾਰੇ ਇੱਕ ਸਟੈਂਡ ਰੱਖੀਏ ਤੇ ਤਗੜੇ ਹੋ ਕੇ ਆਪਣੀ ਲੜਾਈ ਲੜੀਏ ਤੇ ਪੰਜਾਬ ਦਾ ਪਾਣੀ ਸੁਰੱਖਿਅਤ ਕਰ ਸਕੀ ਕਿਉਂਕਿ ਕਨਸਟੀਟਿਊਸ਼ਨ ਬਤਾਵਤ ਰਾਇਪੇਰੀਅਨ ਹੱਕ ਕੱਲੇ ਪੰਜਾਬ ਦੇ ਨਾ ਹਰਿਆਣੇ ਦੇ ਨਾ ਦਿੱਲੀ ਦੇ ਤੇ ਸਾਡੀ ਆਨਰੇਬਲ ਸੁਪਰੀਮ ਕੋਰਟ ਨੂੰ ਇਹ ਵੀ ਗੁਜ਼ਾਰਿਸ਼ ਹੋਏਗੀ ਕਿਰਪਾ ਕਰਕੇ ਹਰਿਆਣੇ ਨੂੰ ਤੇ ਦਿੱਲੀ ਨੂੰ ਕਿਸੇ ਹੋਰ ਨਹਿਰ ਵਿੱਚੋਂ ਪਾਣੀ ਦਿੱਤਾ ਜਾਏ ਪੰਜਾਬ ਕੋ ਹੁਣ ਐਕਸਟਰਾ ਪਾਣੀ ਨਹੀਂ ਹੈ